ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਪੰਜਾਬ ਜੀ ਕੇ ਦੀ ਇਹ ਆਪਣੀ 15ਵੀਂ ਕਲਾਸ ਹੈ ਇਸ ਤੋਂ ਪਹਿਲਾਂ ਆਪਾਂ 14 ਕਲਾਸਾਂ ਕੰਪਲੀਟ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਵਾਲੀ 14ਵੀਂ ਕਲਾਸ ਵਿੱਚ ਆਪਾਂ ਕੀ ਕਵਰ ਕੀਤਾ ਸੀ ਪਹਿਲਾ ਐਂਗਲੋ ਸਿੱਖ ਯੁੱਧ ਕਵਰ ਕੀਤਾ ਸੀ ਤੇ ਇਸ ਵੀਡੀਓ ਵਿੱਚ ਆਪਾਂ ਦੂਜਾ ਐਂਗਲੋ ਸਿੱਖ ਕੀ ਯੁੱਧ ਹੈ ਛੋਟਾ ਜਿਹਾ ਟੋਪਿਕ ਹੈ ਮੇਨ ਮੇਨ ਪੁਆਇੰਟ ਹੈ ਵੈਸੇ ਇਸ ਵੀਡੀਓ ਵਿੱਚ ਇਹ ਨੋਟ ਕਰ ਲਓ ਤੇ ਯਾਦ ਕਰ ਲਓ ਓਕੇ ਜੇ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਇੱਕ ਲਾਈਕ ਤੇ ਇੱਕ ਕਮੈਂਟ ਵੀ ਜ਼ਰੂਰ ਕਰ ਦਿਓ ਤਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ ਸਿੱਧਾ ਆਪਣੀ ਅੱਜ ਦੀ ਕਲਾਸ ਸਟਾਰਟ ਕਰ ਲੈਂਦੇ ਆ ਤਾਂ ਦੂਜਾ ਐਂਗਲੋ ਸਿਕਯੂਦ ਦੀ ਗੱਲ ਕਰੀਏ ਤਾਂ ਇਹ ਕਦੋਂ ਹੋਇਆ ਸੀ 1848 ਤੋਂ ਲੈ ਕੇ 1849 ਈਸਵੀ ਦੇ ਵਿਚਕਾਰ ਹੋਇਆ ਸੀ ਮਤਲਬ ਕਿ ਪੂਰਾ ਇੱਕ ਸਾਲ ਚੱਲਦੇ ਰਿਹਾ ਇਸ ਵਿੱਚ ਕਿੰਨ ਚਾਰ ਪੰਜ ਲੜਾਈਆਂ ਹੋਈਆਂ ਸੀ ਸوري ਚਾਰ ਲੜਾਈਆਂ ਹੋਈਆਂ ਸੀ ਦੂਜੇ ਐਂਗਲੋ ਸਿਕਯੂਦ ਵਿੱਚ ਯਾਦ ਰੱਖਿਓ ਇਹ ਲੜਾਈ ਕਿਹਨਾਂ ਵਿੱਚਕਾਰ ਹੋਈ ਸੀ ਅੰਗਰੇਜ਼ੀ ਫੋਰਸ ਤੇ ਸਿੱਖਾਂ ਦੀ ਫੌਜ ਦੇ ਵਿਚਕਾਰ ਹੋਈ ਸੀ ਉਸ ਸਮੇਂ ਇਗਜ਼ਾਮ ਵਿੱਚ ਕਾਫੀ ਵਾਰ ਪੁਆਇੰਟੇ ਪੁੱਛਿਆ ਗਿਆ ਹੈ ਕਿ ਜਿਹੜਾ ਦੂਜਾ ਐਂਗਲੋ ਸਿਕਯੂਦ ਹੋਇਆ ਸੀ ਉਸ ਸਮੇਂ ਭਾਰਤ ਦਾ ਜਿਹੜਾ ਗਵਰਨਰ ਜਨਰਲ ਕੌਣ ਸੀ ਤਾਂ ਯਾਦ ਰੱਖਿਓ ਲਾਰਡ ਡਹਲੋਜੀ ਸੀ ਦੋਸਤੋ ਇਸ ਤਰ੍ਹਾਂ ਦੇ ਪੁਆਇੰਟ ਪਰ ਪਰਕ ਇਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਤਾਂ ਕਰਕੇ ਮੈਂ ਤੁਹਾਨੂੰ ਥਿਊਰੀ ਵਿੱਚ ਪੜਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਹਰ ਇੱਕ ਪੁਆਇੰਟ ਕਵਰ ਅਪ ਹੋ ਜਾਏ। ਬਾਕੀ ਐਮਸੀਕਿਊ ਵੀ ਕਵਰ ਕਰਾਂਗੇ। ਹੁਣ ਨੈਕਸਟ ਵੀਡੀਓ ਮਿਲੇਗੀ ਜਿਹੜੀ ਤੁਸੀਂ ਜਿੰਨੀ ਵੀ ਆਪਾਂ ਆਪਣੇ ਪੰਜਾਬ ਜੀਕੇ ਕਿਤੇ 15 ਕਲਾਸ 15 ਕਲਾਸਾਂ ਦੇ ਰਿਗਾਰਡਿੰਗ ਹੀ ਐਮਸੀਕਿਊਜ਼ ਦੀ ਕਲਾਸਿਸ ਵੀ ਹੁਣ ਪ੍ਰੋਵਾਈਡ ਹੋਣਗੀ। ਇਸ ਤੋਂ ਬਾਅਦ ਆਪਾਂ ਅਧੁਨਿਕ ਪੰਜਾਬ ਦੇ ਇਤਿਹਾਸ ਬਾਰੇ ਟੀਚ ਕਰਾਂਗੇ। ਓਕੇ ਦੋਸਤੋ ਜੇ ਕੋਈ ਲੋਜ ਹਲੇ ਤੱਕ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਹਾਂ ਉੱਥੇ ਜਾ ਕੇ WhatsApp ਗਰੁੱਪ ਵੀ ਜੁਆਇਨ ਕਰੋ ਤਾਂ ਜੋ ਤੁਹਾਨੂੰ ਹਰ ਕਲਾਸ ਦੇ ਲਿੰਕ ਤੇ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਰਹੇ ਤਾਂ ਲਾਰਡ ਲੋਜੀ ਸੀ ਜਦੋਂ ਦੂਜਾ ਐਂਗਲੋ-ਸਿੱਖ ਯੁੱਧ ਹੋਇਆ ਭਾਰਤ ਦਾ ਗਵਰਨਰ ਸੀ ਠੀਕ ਹੈ ਤੇ ਇਸ ਤੋਂ ਬਾਅਦ ਇਹ ਜਿਹੜੀ ਆਪਣੀ ਇਹ ਲੜਾਈ ਸੀ ਦੂਜਾ ਐਂਗਲੋ-ਸਿੱਖ ਯੁੱਧ ਦੀ ਇਹ ਲੜਾਈ ਸੀ ਇਸ ਵਿੱਚ ਕਿਹੜੀਆਂ-ਕਿਹੜੀਆਂ ਲੜਾਈਆਂ ਹੋਈਆਂ ਸੀ ਠੀਕ ਹੈ ਇਸ ਸਮੇਂ ਦੌਰਾਨ ਕਿਹੜੀਆਂ-ਕਿਹੜੀਆਂ ਲੜਾਈਆਂ ਹੋਈਆਂ ਸੀ ਸਭ ਤੋਂ ਪਹਿਲਾਂ ਜਿਹੜੀ ਲੜਾਈ ਹੋਈ ਸੀ ਇੱਥੇ ਆਪਾਂ ਚੈੱਕ ਕਰ ਸਕਦੇ ਹ ਇਹ ਕਦੋਂ ਇਸ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਪਹਿਲੀ ਲੜਾਈ ਕਿਹਦੀ ਲੜ ਕਿਹੜੀ ਜਗ੍ਹਾ ਦੀ ਲੜਾਈ ਸੀ ਤੇ ਕਦੋਂ ਹੋਈ ਸੀ ਤੇ ਆਦਰਕੋ ਰਾਮ ਲਾਗਰ ਦੀ ਲੜਾਈ ਹੋਈ ਸੀ ਪਹਿਲਾਂ ਸਭ ਤੋਂ ਉਹ ਹੀ ਕਦੋਂ ਹੋਈ ਸੀ ਇਹ 22 ਨਵੰਬਰ 1900 ਸੋਰੀ 1848 ਇਸ ਵਿੱਚ ਇਹ ਲੜਾਈ ਹੋਈ ਸੀ ਇਸ ਵਿੱਚ ਜਿਹੜੀ ਸਿੱਖ ਫੌਜ ਸੀ ਉਸ ਦੀ ਅਗਵਾਈ ਖੌਣ ਕਰ ਰਿਹਾ ਸੀ ਸਿੱਖ army ਦੀ ਉਹ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਿਹਾ ਸੀ ਤੇ ਇਗਜ਼ਾਮ ਵਿੱਚ ਪੁਆਇੰਟ ਪੁੱਛੇ ਜਾਂਦੇ ਨੇ ਦੋਸਤੋ ਫਿਰ ਤਾਂ ਕਰਕੇ ਮੈਂ ਵੀਡੀਓ ਵਿੱਚ ਇਨਕਲੂਡ ਕੀਤੇ ਨੇ ਕਾਫੀ ਵਾਰ ਇਗਜ਼ਾਮ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਦੇਖੇ ਨੇ ਕਿਸੇ ਵੀ ਲੜਾਈ ਦਾ ਪੁੱਛ ਪੁੱਛਿਆ ਜਾਵੇਗਾ ਲੜਾਈ ਬਾਰੇ ਤੇ ਉਸ ਵਿੱਚ ਕੀ ਪੁੱਛਿਆ ਜਾਵੇਗਾ ਕਿ ਇਸ ਮਤਲਬ ਕਿ ਸਿੱਖ ਜਾਂ ਕੋਈ ਹੋਰ ਵੀ ਆਪਾਂ ਫੌਜਲਾਂ ਹਨ ਉਸ ਦਾ ਨੇਤਰਤਵ ਯਾਨੀ ਅਗਵਾਈ ਕੌਣ ਕਰ ਰਿਹਾ ਸੀ ਇਹ ਵੀ ਪੁਆਇੰਟ ਕਾਫੀ ਵਾਰ ਇਗਜ਼ਾਮ ਵਿੱਚ ਆਉਂਦੇ ਨੇ ਤਾਂ ਯਾਦ ਰੱਖਿਓ ਰਾਮਨਗਰ ਦੀ ਲੜਾਈ ਵਿੱਚ ਸ਼ੇਰ ਸਿੰਘ ਅਟਾਰੀ ਵਾਲਾ ਜਿਹੜਾ ਕਿ ਸਿੱਖ ਕਮਾਂਡਰ ਸੀ ਉਹੋ ਸਿੱਖ ਫੌਜੀ ਅਗਵਾਈ ਕਰ ਰਿਹਾ ਸੀ ਤੇ ਉਧਰ ਅੰਗਰੇਜ਼ਾਂ ਵੱਲੋਂ ਗੱਲ ਕਰੀ ਤਾਂ ਅੰਗਰੇਜ਼ਾਂ ਵੱਲੋਂ ਕੌਣ ਕਰ ਰਿਹਾ ਸੀ ਗੋ ਨਮਕ ਇੱਕ ਇਹਨਾਂ ਦਾ ਸੈਨਾਪਤੀ ਸੀ ਜੋ ਕਮਾਂਡਰ ਸੀ ਮਤਲਬ ਕਿ ਉਹ ਇਹਨਾਂ ਸਿੱਖ ਅੰਗਰੇਜ਼ੀ ਆਰਮੀ ਦੀ ਅਗਵਾਈ ਕਰ ਰਿਹਾ ਸੀ ਠੀਕ ਹੈ ਤਾਂ 22 ਨਵੰਬਰ ਨੂੰ ਰਾਮਨਾ ਰਾਮਨਗਰ ਦੀ ਜਗ੍ਹਾ ਤੇ ਅੰਗਰੇਜ਼ੀ ਫੌਜ ਨਾਲ ਲੜਾਈ ਹੁੰਦੀ ਹੈ ਤੇ ਜਿਸ ਵਿੱਚ ਕਿ ਅੰਗਰੇਜ਼ੀ ਫੌਜ ਹੈ ਜਿਹੜੀ ਇਹ ਲੜਾਈ ਹਾਰ ਜਾਂਦੀ ਓਕੇ ਤੇ ਇਸ ਤੋਂ ਬਾਅਦ ਸੈਕੰਡ ਲੜਾਈ ਹੋਈ ਸੀ ਚਲਿਆਂਵਾਲਾ ਦੀ ਲੜਾਈ ਹੋਈ ਸੀ ਇਹ ਕਦੋਂ ਹੋਈ ਸੀ ਯਾਦ ਰੱਖੋ 13 ਜਨਵਰੀ 1848 ਈਸਵੀ ਵਿੱਚ ਹੋਈ ਸੀ ਇਸ ਵਿੱਚ ਜਿਹੜੀ ਅੰਗਰੇਜ਼ੀ ਆਰਮੀ ਸੀ ਅੰਗਰੇਜ਼ਾਂ ਦੀ ਬਰਤਾਨਵੀ ਜਿਹੜੀ ਸਿੱਖ ਬਰਤਾਨਵੀ ਫੋਰਸ ਨਾਰਮਲ ਜੀ ਗੱਲ ਹੈ ਬਰਤਾਨਵੀ ਜਿਹੜੀ ਅੰਗਰੇਜ਼ਾਂ ਦੀ ਫੋਰਸ ਉਸ ਦੇ ਅਗਵਾਈ ਵੀ ਦੁਆਰੇ ਗੋ ਕਰ ਰਿਆ ਸੀ ਤੇ ਉਸ ਨੇ ਕੀ ਕੀਤਾ ਜਿਲ੍ਹਿਆਂ ਵਾਲਾ ਤੇ ਹਮਲਾ ਕਰ ਦਿੱਤਾ ਠੀਕ ਹੈ ਤੇ ਫਿਰ ਸਿੱਖ ਸੈਨਿਕ ਸੈਨਿਕ ਸੀ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਠੀਕ ਹੈ ਅੰਗਰੇਜ਼ਾਂ ਦਾ ਨਤੀਜੇ ਵਜੋਂ ਕੀ ਹੋਇਆ ਉਸ ਲੜਾਈ ਵਿੱਚ ਅੰਗਰੇਜ਼ਾਂ ਦੀ ਹਾਰ ਹੋ ਗਈ ਸੀ ਠੀਕ ਹੈ ਉਸ ਲੜਾਈ ਵਿੱਚ ਹਾਰ ਹੋ ਗਈ ਸੀ ਅੰਗਰੇਜ਼ਾਂ ਦੀ ਠੀਕ ਹੈ ਪਹਿਲੀ ਲੜਾਈ ਵਿੱਚ ਕੀ ਹੋਇਆ ਸੀ ਪਹਿਲੀ ਲੜਾਈ ਵੀ ਹਾਰ ਗਏ ਅੰਗਰੇਜ਼ ਤੇ ਦੂਜੀ ਲੜਾਈ ਵੀ ਹਾਰ ਗਏ ਓਕੇ ਇਸ ਤੋਂ ਬਾਅਦ ਹੁਣ ਤੀਜੀ ਲੜਾਈ ਦੀ ਗੱਲ ਕਰੀਏ ਮੁਲਤਾਨ ਦੀ ਲੜਾਈ ਕਾਫੀ ਵਾਰ ਇਸ ਕਾਫੀ ਬਾਰ ਐਗਜ਼ਾਮ ਵਿੱਚ ਇਸ ਲੜਾਈ ਬਾਰੇ ਪੁਆਇੰਟ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਤਾਂ ਕਰਕੇ ਸਮਾਰ ਕੇ ਰੱਟ ਲਓ ਦਿਮਾਗ ਵਿੱਚ ਇਹਨਾਂ ਨੂੰ ਸਟੱਡ ਕਰ ਲਓ ਇਹ ਲੜਾਈ ਕਦੋਂ ਹੋਈ ਸੀ ਇਹ ਯਾਦ ਰੱਖਿਓ 22 ਜਨਵਰੀ 1849 ਇਸਵੀ ਵਿੱਚ ਹੋਈ ਸੀ ਇਹ ਕਾਫੀ ਖਤਰਨਾਕ ਲੜਾਈ ਸੀ ਇਸ ਵਿੱਚ ਸਿੱਖ ਫੌਜ ਦੀ ਅਗਵਾਈ ਕੌਣ ਕਰ ਰਿਹਾ ਸੀ ਮੂਲ ਰਾਜ ਕਰ ਰਿਹਾ ਸੀ ਠੀਕ ਹੈ ਮੂਲ ਰਾਜ ਆਪਣਾ ਮੁਲਤਾਨ ਦਾ ਜਿਹੜਾ ਸ਼ਾਸਨ ਸੀ ਸਿਸਟਮ ਮੁਲਤਾਨ ਤੇ ਮੂਲ ਰਾਜ ਦਾ ਅਧਿਕਾਰ ਸੀ ਠੀਕ ਹੈ ਤੇ ਬਰਤਾਨਵੀ ਫੌਜ ਯਾਨੀ ਅੰਗਰੇਜ਼ੀ ਫੌਜ ਦਾ ਜਿਹੜਾ ਅਗਵਾਈ ਕਰ ਰਿਹਾ ਸੀ ਉਹ ਜਰਨਲ ਵਿਸ ਜਰਨਲ ਵਿਸ ਨਾਮਕ ਇੱਕ ਕੋਈ ਬੰਦਾ ਸੀ ਜੋ ਅੰਗਰੇਜ਼ੀ ਫੌਜ ਦਾ ਉਸ ਟਾਈਮ ਅਗਵਾਈ ਕਰ ਰਿਹਾ ਸੀ ਤਾਂ ਇਸ ਲੜਾਈ ਵਿੱਚ ਕਿ ਅੰਗਰੇਜ਼ਾਂ ਨੇ ਮੁਲਤਾਨ ਤੇ ਕਬਜ਼ਾ ਕਰ ਲਿਆ ਜਿੱਤ ਗਈ ਮਤਲਬ ਕਿ ਅੰਗਰੇਜ਼ਾਂ ਨੇ ਜਿੱਤ ਲਿਆ ਇਹ ਤੇ ਜਿਹੜਾ ਮੂਲ ਰਾਜ ਸੀ ਉਸ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰਕੇ ਕੈਦ ਕਰ ਲਿਆ ਤਾਂ ਇਸ ਤੀਜੀ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਸੀ ਠੀਕ ਹੈ ਤੇ ਫੋਰਥ ਲੜਾਈ ਦੀ ਗੱਲ ਕਰਦੇ ਗੁਜਰਾਤ ਕਾਫੀ ਅਹਿਮ ਤੇ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਪੱਕਾ ਇਹਨਾਂ ਵਿੱਚੋਂ ਕੋਈ ਨਾ ਕੋਈ ਪੁਆਇੰਟ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਤਾਂ ਫੋਰਥ ਲੜਾਈ ਸੀ ਗੁਜਰਾਤ ਦੀ ਲੜਾਈ ਸੀ ਓਕੇ ਦੋਸਤੋ ਤੇ ਇਹੀ ਸੀ ਜਿਹੜੀ ਲੜਾਈ ਗੁਜਰਾਤ ਦੀ ਇਹ ਐਂਗਲੋ ਸਿੱਖ ਯੁੱਧ ਦੀ ਜਿਹੜੀ ਲੜਾਈ ਸੀ ਉਸ ਦੀ ਆਖਰੀ ਲੜਾਈ ਸੀ ਜਿਸ ਦੀ ਖਤਮ ਹੋਣ ਤੋਂ ਬਾਅਦ ਹੈ ਕਿ ਅੰਗਰੇਜ਼ਾਂ ਦਾ ਪੰਜਾਬ ਉੱਪਰ ਕਬਜ਼ਾ ਹੋ ਜਾਂਦਾ ਇਸ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਇਹ ਲੜਾਈ ਤਾਂ ਇਹ ਪੁਆਇੰਟ ਨੋਟ ਕਰ ਲਓ ਜਿਹੜੇ ਐਗਜ਼ਾਮ ਵਿੱਚ ਕਾਫੀ ਵਾਰ ਰਿਪੀਟ ਵੀ ਹੋਏ ਨੇ ਤੇ ਫਿਊਚਰ ਵਿੱਚ ਪੁੱਛੇ ਵੀ ਜਾ ਸਕਦੇ ਨੇ ਤਾਂ ਗੁਜਰਾਤ ਦੀ ਲੜਾਈ ਕਦੋਂ ਹੋਈ ਸੀ 21 ਫਰਵਰੀ 1849 ਇਸਵੀ ਵਿੱਚ ਹੋਈ ਸੀ ਠੀਕ ਹੈ ਸਿੱਖਾਂ ਅਤੇ ਅੰਗਰੇਜ਼ਾਂ ਵਿੱਚ ਕਰ ਹੋਈ ਸੀ ਐਗਜ਼ਾਮ ਵਿੱਚ ਇਹ ਪੁਆਇੰਟ ਵੀ ਪੁੱਛਿਆ ਜਾਂਦਾ ਹੈ ਕਿ ਐਂਗਲੋ ਸਿੱਖ ਯੁੱਧ ਦੀ ਲਾਸਟ ਲੜਾਈ ਕਿੱਥੇ ਲੜੀ ਗਈ ਸੀ ਦੂਜੇ ਯੁੱਧ ਦੀ ਕਿੱਥੇ ਲੜੀ ਗਈ ਸੀ ਰਾਵੀ ਦਰਿਆ ਦੇ ਕੰਢੇ ਉੱਪਰ ਇਹ ਲੜਾਈ ਹੋਈ ਸੀ ਠੀਕ ਹੈ ਤੇ ਇਸ ਵਿੱਚ ਚਤਤਰੀ ਦੋਸਤੋ ਇਹ ਛਤਰ ਸਿੰਘ ਹੈ ਠੀਕ ਹੈ ਛਤਰ ਸਿੰਘ ਅਤੇ ਸ਼ੇਰ ਸਿੰਘ ਹੈ ਜੋ ਸਿੱਖ ਫੌਜ ਦੀ ਅਗਵਾਈ ਕਰ ਰਹੇ ਸੀ ਤੇ ਦੂਜੇ ਪਾਸੋਂ ਦੁਬਾਰਾ ਇਹ ਗੋ ਆ ਜਾਂਦਾ ਜਿਸ ਨੇ ਕਾਫੀ ਲੜਾਈਆਂ ਪੰਜਾਬ ਦੇ ਵਿਰੁੱਧ ਲੜੀਆਂ ਹੁੰਦੀਆਂ ਨੇ ਤਾਂ ਕਰਕੇ ਇਹ ਫਾਈਨਲ ਲੜਾਈ ਸੀ ਇਸ ਕਰਕੇ ਅੰਗਰੇਜ਼ਾਂ ਨੂੰ ਕੀ ਚਾਹੀਦਾ ਸੀ ਜਿੱਤ ਚਾਹੀਦੀ ਸੀ ਤਾਂ ਕਰਕੇ ਜੋ ਐਕਸਪੀਰੀਅੰਸ ਸੀ ਇਸ ਚੀਜ਼ ਵਿੱਚ ਹਨਾ ਕਿਉਂਕਿ ਸਿਕਾ ਅਬਿਰਧ ਗੋ ਨੇ ਕਾਫੀ ਲੜਾਈਆਂ ਲੜੀਆਂ ਸੀ ਤਾਂ ਇਹ ਐਕਸਪੀਰੀਅੰਸ ਵੀ ਕਿਵੇਂ ਲੜਨਾ ਸਿੱਕਾ ਨਾਲ ਹਨਾ ਤਾਂ ਕਰਕੇ ਗੋ ਨੂੰ ਹੀ ਅਗਵਾਈ ਦਿੱਤੀ ਗਈ ਸੀ ਅੰਗਰੇਜ਼ੀ ਸੈਨਾ ਦੀ ਤੇ ਇਸ ਲੜਾਈ ਨੂੰ ਦੇਖੋ ਇਹ ਕੁਐਸਚਨ ਕਾਫੀ ਵਾਰ ਰਿਪੀਟ ਹੋ ਚੁੱਕਾ ਹੈ ਕਿ ਐਂਗਲੋ ਦੂਜੇ ਐਂਗਲੋ ਸਿੱਖ ਯੁੱਧ ਦੀ ਗੁਜਰਾਤ ਦੀ ਲੜਾਈ ਸੀ ਜਿਹੜੀ ਉਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਤੁਸੀਂ ਇਹ ਯਾਦ ਰੱਖਿਓ ਬੰਦੂਖਾਂ ਦੀ ਲੜਾਈ ਵੀ ਇਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਸ ਲੜਾਈ ਵਿੱਚ ਦੋਵੇਂ ਟੀਰਾਵਾਂ ਵੱਲੋਂ ਜਿਹੜੀ ਬੰਦੂਖਾਂ ਚੱਲਿਆ ਸੀ ਤਾਂ ਕਰਕੇ ਇਸ ਨੂੰ ਬੰਦੂਖਾਂ ਦੀ ਲੜਾਈ ਦੇ ਨਾਮ ਨਾਲ ਜਾਣਿਆ ਜਾਂਦਾ ਓਕੇ ਤੇ ਇਸ ਵਿੱਚ ਕੀ ਹੋਇਆ ਸੀ ਸਿੱਖ ਫੌਜ ਹਾਰ ਗਏ ਸੀ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਗੁਜਰਾਤ ਦੀ ਲੜਾਈ ਤੋਂ ਬਾਅਦ ਹੈ ਪ੍ਰੋਪਰ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਠੀਕ ਹੈ ਹੁਣ ਕੀ ਹੋਇਆ ਗੁਜਰਾਤ ਦੀ ਲੜਾਈ ਤੋਂ ਬਾਅਦ 29 ਮਾਰਚ 1849 ਈਸਵੀ ਵਿੱਚ ਜੋ ਉਸ ਟਾਈਮ ਗਵਰਨਰ ਜਨਰਲ ਸੀ ਲਾਰਡ ਦਲਹੌਜੀ ਹੈ ਨਾ ਉਸਨੇ ਐਲਾਨ ਕਰ ਦਿੱਤਾ ਕਿ ਹੁਣ ਪੰਜਾਬ ਤੇ ਸਾਡਾ ਕਬਜ਼ਾ ਹੈ ਮਤਲਬ ਕਿ ਬਰਤਾਨਵੀ ਯਾਨੀ ਅੰਗਰੇਜ਼ਾਂ ਦਾ ਕਬਜ਼ਾ ਹੈ ਇੱਥੇ ਬਰਤਾਨਵੀ ਵਰਡ ਦੇਖਣ ਨੂੰ ਮਿਲਿਆ ਕਨਫਿਊਜ਼ਨ ਹੋਇਆ ਤੁਸੀਂ ਐਗਜ਼ਾਮ ਵਿੱਚ ਵੀ ਇਹੀ ਵਰਡ ਮਿਲੇਗਾ ਬਰਤਾਨਵੀ ਮਤਲਬ ਅੰਗਰੇਜ਼ੀ ਰਾਜ ਤੋਂ ਆ ਠੀਕ ਹੈ ਤੇ ਉਹਨੇ ਵੀ ਮਤਲਬ ਕਿ ਅੰਗਰੇਜ਼ਾਂ ਨੇ ਅਨਾਉਂਸ ਕਰਤਾ ਕਿ 29 ਮਾਰਚ 1859 ਇਸ ਵਿੱਚ ਕਿ ਸਾਡਾ ਪੰਜਾਬ ਤੇ ਕਬਜ਼ਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਰਾ ਕੀ ਕਰਤਾ ਇਕੱਲਾ ਰਹਿ ਗਿਆ ਸੋਰੀ ਮਹਾਰਾਜਾ ਦਲੀਪ ਸਿੰਘ ਵਿਚਾਰਕ ਕੀ ਕਰਦਾ ਕੱਲਾ ਰਹਿ ਗਿਆ ਸੀ ਹਨਾ ਤਾਂ ਉਸ ਨੂੰ ਕੀ ਕੀਤਾ ਅੰਗਰੇਜ਼ਾਂ ਨੇ ਇਸ ਨੂੰ ਸਾਲਾਨਾ ਪੈਨਸ਼ਨ ਦੇਣੀ ਸਟਾਰਟ ਕਰ ਦਿੱਤੀ ਮਤਲਬ ਕਿ ਪੈਨਸ਼ਨ ਉੱਤੇ ਰੱਖ ਲਿਆ ਮਹਾਰਾਜਾ ਰਣਜੀਤ ਸਿੰਘ ਜਦੋਂ ਤੱਕ ਇਹ ਜੀਵਿਤ ਰਹੇ ਠੀਕ ਹੈ ਅੱਜ ਦੀ ਕਲਾਸ ਸੀ ਬਾਕੀ ਹੁਣ ਨੈਕਸਟ ਕਲਾਸ ਵਿੱਚ ਆਪਾਂ ਆਧੁਨਿਕ ਪੰਜਾਬ ਬਾਰੇ ਰੀਡ ਕਰਾਂਗੇ